ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਦੋਂ ਪੁੱਛਿਆ ਕਿ ਜੇ ਸੱਚਮੁੱਚ ਪਰਮੇਸ਼ੁਰ ਵਿੱਚ ਲੀਨ ਹੋਣਾ ਹੋਵੇ ਜੋ ਸੱਚ ਹੈ ਤੇ ਸਾਨੂੰ ਸੁਭਾਗ ਕਰਕੇ ਕਿਹੋ ਜਿਹਾ ਹੋਣਾ ਪਵੇਗਾ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚੋਂ ਵੀ ਬਚਨ ਪੜ੍ਹਦੇ ਹਾਂ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਨ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ, ਕਿ ਆਹ ਸਰੀਰ ਸਾਡਾ ਪੰਜਾਂ ਤੱਤਾਂ ਦਾ ਪੁਤਲਾ ਹੈ। ਜਦੋਂ ਸਾਡੇ ਵਿੱਚੋਂ ਸਵਾਸ ਨਿਕਲਣੇ ਨੇ, ਜਿਹੜਾ ਜਿਹੜਾ ਤੱਤ ਜਿੱਥੋਂ ਲਿਆ ਸੱਚਮੁੱਚ ਉਹਦਾ ਗੁਣ ਉਹਦਾ ਸੁਭਾਅ ਕਰਕੇ ਜਿਹੜਾ ਲੀਨਤਾ ਹੈ ਉਹਨਾਂ ਤੱਤਾਂ ਵਿੱਚ ਫਿਰ ਜਾ ਕੇ ਹੋ ਜਾਂਦੀ ਹੈ। ਪਾਣੀ ਦਾ ਗੁਣ ਪਾਣੀ ਵਿੱਚ ਸਮਾ ਜਾਂਦਾ, ਧਰਤੀ ਆਕਾਸ਼ ਹਵਾ ਅੱਗ ਸਾਰੇ ਗੁਣ ਜਿਹੜੇ ਨੇ ਜਿੱਥੋਂ ਲਏ ਨੇ ਉੱਥੇ ਸਮਾ ਜਾਂਦੇ ਨੇ। ਪਰ ਸਾਹਿਬ ਕਹਿੰਦੇ ਤੇ ਕਈ ਵਾਰ ਹੋ ਚੁੱਕਾ ਵੀ ਪੰਜ ਤੱਤ ਦਾ ਇਹ ਸਰੀਰ ਬਣਾਇਆ ਤੇ ਬਿਨਸਨ ਤੇ ਬਾਅਦ ਇਹ ਪੰਜ ਤੱਤ ਫਿਰ ਉੱਥੇ ਵਲੀਨ ਹੋ ਗਏ। ਅਸਲ ਤੇ ਗੱਲ ਉਸ ਦਿਨ ਬਣਨੀ ਹੈ ਜਿਸ ਦਿਨ ਜਿਸ ਤੋਂ ਤੂੰ ਵਿਛੜ ਕੇ ਆਇਆ, ਤੂੰ ਉਹਦੇ ਨਾਲ ਜੁੜ ਜਾਵੇਂ, ਉਸ ਦਿਨ ਤੇਰੀ ਇਹ ਜੀਵਨ ਯਾਤਰਾ ਸੰਪੂਰਨ ਹੋਣੀ ਹੈ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਆ ਸਰੀਰ ਕਈ ਵਾਰ ਬਣਿਆ ਤੇ ਕਈ ਵਾਰ ਬਿਨਸਿਆ, ਅੱਜ ਦਾ ਨਹੀਂ। ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਸਾਹਿਬ ਕਹਿੰਦੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਪਤਾ ਨਹੀਂ ਕਦੋਂ ਕਦਾ ਇਹ ਸਿਲਸਿਲਾ ਚੱਲ ਰਿਹਾ। ਕਿਸੇ ਦੀ ਮਾਂ ਬਣ ਕੇ ਆਉਣਾ ਪਿਆ, ਕਿਸੇ ਦਾ ਪਿਤਾ ਬਣ ਕੇ, ਕਿਸੇ ਦੇ ਭੈਣ ਭਰਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਸਰੀਰ ਬਣਦਾ ਰਿਹਾ, ਸਰੀਰ ਬਿਨਸਦਾ ਰਿਹਾ, ਪਰ ਅਸਲ ਵਿੱਚ ਜਿਹੜਾ ਅੰਦਰ ਆਤਮਾ ਸੀ ਉਹ ਜਿਹਦੇ ਤੋਂ ਵਿਛੜ ਕੇ ਆਇਆ, ਜਦੋਂ ਤੱਕ ਉਹਦੇ ਨਾਲ ਜੁੜਦਾ ਨਹੀਂ, ਉਹਦੇ ਨਾਲ ਅਭੇਦ ਨਹੀਂ ਹੁੰਦਾ, ਉਹਦੇ ਵਿੱਚ ਲੀਨ ਨਹੀਂ ਹੁੰਦਾ, ਉਦੋਂ ਤੱਕ ਸਾਨੂੰ ਜੀਵਨ ਮਨੋਰਥ ਦੀ ਜਿਹੜੀ ਸਫਲਤਾ ਹੈ ਉਹ ਪ੍ਰਾਪਤ ਨਹੀਂ ਹੋਣੀ।